ਵਾਲੇਕੁਮ ਸਲਾਮ ਕੀ ਹਾਲ ਹੈ ਅੱਲਾ ਦਾ ਬੜਾ ਸ਼ੁਕਰ ਹੈ ਫਟਾਫਟ ਜਿੱਤੇ ਤੁਸੀਂ ਸੋਹਣੇ ਹੋ ਮੇਰੇ ਨਾਲ ਫਟਾਫਟ ਵਿਆਹ ਕਰਾ ਲਓ ਬਸ ਆਂਦੀ ਆਂਦੀ ਛੱਡੋ ਇਹ ਤੂੰ ਬਰਾ ਲੱਗਣਾ ਤੈਨੂੰ ਬਹੁਤਾ ਬੱਤਾ ਹੋਵੇਗਾ ਮੈਂ ਕਿਹਾ ਸੋਹਣੇ ਸਾਰੀਆਂ ਗੱਲਾਂ ਛੱਡੋ ਮੇਰੇ ਨਾਲ ਵਿਆਹ ਕਰਾ ਲਓ ਤੇਰੇ ਨਾਲ ਵਿਆਹ ਕਰਾ ਲਾ ਪਹਿਲੇ ਤੂੰ ਇਹ ਦੱਸ ਤੈਨੂੰ ਕੁਛ ਆਂਦਾ ਵੀ ਏ ਹਲਕੀ ਜੀ ਖੰਘ ਆਉਂਦੀ ਏ ਹਲਕੀ ਜੀ ਖੰਘ ਆਉਂਦੀ ਏ ਹਾਂ ਤੇ ਮਰੇ ਤੈਨੂੰ ਤੇ ਮੈਂ ਖੰਘਣ ਵੀ ਨਾ ਦਿਆ ਹਾਂ ਹੁਣ ਵੀ ਕਹਿ ਮੈਂ ਲੇਟ ਆਇਆ ਹੋਰ ਸੋਹਣੀਆਂ ਮੈਂ ਨਾ ਜਿਹੜੀਆਂ ਸੋਹਣੀ ਤੋੜੀਆਂ ਬੁੱਲੀਆਂ ਨੇ ਸੋਹਣਾ ਸੋਹਣਾ ਗਾਣਾ ਦੱਸਣਾ ਕਿਹੜਾ ਗਾਣਾ ਅੱਛਾ ਹੀ ਗਾਣਾ ਬਣਵਾਉਂਦਾ ਕਿਹੜਾ ਜੱਫੀ ਕੁੱਟ ਕੇ ਜਿੱਦ ਪਾਵੇ ਇੱਕ ਵਾਰ ਗੁਜਰਾ ਇੱਕ ਦਿਨ ਗਾਣਿਆਂ ਦੀ ਸਮਝ ਨਹੀਂ ਆਉਂਦੀ ਹਰ ਗਾਣੇ 'ਚ ਗੁੱਜਰ ਹੀ ਵਾੜੇ ਹੈ ਇਹ ਬਾਕੀ ਕੌਮਾਂ ਕਣਕ ਨਹੀਂ ਖਾਂਦੀਆਂ ਕੀ ਮਤਲਬ ਵੈਸੇ ਗੁੱਜਰ ਬੰਨਣਾ ਕੋਈ ਬਹੁਤ ਹੀ ਮੁਸ਼ਕਲ ਗੱਲ ਤੇ ਨਹੀਂ ਕੀ ਆ 7-8 ਦਿਨ ਨਾ ਨਾਓ ਤੇ ਗੁੱਜਰ ਤਿਆਰ ਕਿੰਨੇ ਦਿਨ ਆ ਮੇਰਾ ਇੱਕ ਦੋਸਤ ਸੀ ਆਪਣਾ ਆਦਲ ਵੱਟ ਗੁੱਜਰ ਅੱਛਾ ਉਹ 8 ਵਾਰੀ ਨਾ ਗਿਆ ਹੈ ਅੱਛਾ ਫੇਰ ਉਹਦੀ ਚੀਚੀ 'ਚ ਗੋਇਆ ਫਸਿਆ ਸੀ ਓਏ ਓਏ ਆਪਣਾ ਸ਼ਹਿਰ ਕਿੰਨਾ ਕੁ ਕੁੱਟ ਲੈਂਗੇ ਮਾਂ ਓਏ ਹੱਥ ਤੇ ਵੇਖੋ ਮੱਛਰ ਦਾ ਦਾਗ ਵੀ ਕੋਈ ਨਹੀਂ ਆ ਤੁਸੀਂ ਇਹ ਵੇਖੋ ਕਿ ਇਸ ਕੁੱਤੇ ਦੇ ਪੁੱਤਰ ਦੀ ਮੌਜ ਕੀ ਲੱਗੀ ਆ ਸ਼ੁਕਰ ਕਰ ਬਗੈਰਤਾ ਡਰਾਮਿਆਂ ਚ ਆ ਗਏ ਆ ਸੋਹਣੀਆਂ ਸੋਹਣੀਆਂ ਕੁੜੀਆਂ ਦੀਆਂ ਬਾਹਾਂ ਫੜਨੇ ਆ ਫਤੋ ਮਨ ਹੁੰਦਾ ਤਾਂ ਤੂੰ ਚੰਗੀ ਚੀਜ਼ ਚਲਾਉਣੀ ਸੀ ਕੂਬੀ ਬਣੇ ਜਿਹੜੀਆਂ ਸਵੇਰੇ ਉੱਠਦੀਆਂ ਕਹਿੰਦੀਆਂ ਪੱਪੂ ਦੇ ਅੱਬਾ ਅਵੇ ਪੱਪੂ ਨੇ ਗੱਦੇ ਤੇ ਫੇਰ ਕੁਛ ਕੱਢ ਦਿੱਤਾ ਸੋਹਣੀਆਂ ਕੁੜੀਆਂ ਇਹਨਾਂ ਦਾ ਉੱਠਣਾ ਕਮਾਲ ਇਹਨਾਂ ਦਾ ਸੋਹਣਾ ਪਿੱਛੇ ਉੱਤੋਂ ਉੱਠਦੀਆਂ ਬੜਾ ਕਮਾਲ ਜੇ ਨਾ ਉੱਠਣ ਦਵਾਂ ਇਹ ਤੇ ਫਿਰ ਸਵੀਟੀ ਗੰਦੀ ਕਰਨ ਲੱਗਾ ਸਵੀਟੀ ਉੱਠੋ ਕੀ ਬਾਤ ਹੈ ਬਾਬਾ ਸਹੀ ਗੱਲ ਹੈ ਅਮਾਨਾ ਪੜ੍ਹੀ ਲਿਖੀ ਕੁੜੀ ਨੂੰ ਪੁੱਛੋ ਨਾ ਆਪਣੇ ਵੀਕਐਂਡ ਵਾਲੇ ਦਿਨ ਕਹਾਂ ਜਾਣਾ ਮੈਨੇ ਪੀ ਸੀ ਜਾਣਾ ਮੈਨੇ ਮਿਕਡੋਨਲਡ ਜਾਣਾ ਮੈਨੇ ਐਫ ਸੀ ਜਾਣਾ ਮੈਨੇ ਕੇ ਐਫ ਸੀ ਜਾਣਾ ਆ ਸਾਡੇ ਵਾਲੀਆਂ ਨੂੰ ਜਦੋਂ ਤਿਆਰ ਕਰ ਲਓ ਭਲੀਏ ਲੋਕੇ ਕਿੱਥੇ ਚਲੀਏ ਆ ਤਾਏ ਦੀ ਕਬਰ ਤੇ ਨਾ ਚਲੀਏ ਠੀਕ ਹੈ ਠੀਕ ਹੈ
ਨਾਜ਼ਮ ਬੁਲਣ ਪਿਆ। ਆ ਠੀਕ ਹੈ, ਬੜੀ ਮਿਹਰਬਾਨੀ, ਸ਼ੁਕਰੀਆ, ਬੜੀ ਮਿਹਰਬਾਨੀ। ਇਹ ਬੰਦਾ ਸੀ ਵੀ ਉਹਨੇ 15 ਰੁਪਈਆਂ ਦਾ ਡਾਊਨਲੋਡ ਕਰਾਇਆ। ਮੈਂ ਨਾਜ਼ਮ ਤੇ ਅੱਲਾ ਦੇ ਨਾਂ ਤੇ ਔਲਾਦ ਦਿੰਦਾ। ਬਹੁਤ ਅੱਛੇ ਬਈ ਨਾਜ਼ਮਾ, ਤੂੰ ਖਸੂਸੀ ਨੂੰ ਅੱਗ ਚ ਕੱਢੀ ਆਈ ਹੈ। ਕੌਣ ਹੈ ਤੂੰ? ਮੈਂ ਨਾਜ਼ਮ। ਤੇ ਹੋਏਗਾ ਨਾਜ਼ਮ, ਮੇਰਾ ਤਮੀਜ਼ ਨਾ ਗੱਲ। ਹੱਥ ਛੱਡ ਇੱਥੋਂ। ਕੀ ਮਤਲਬ? ਮੈਂ ਬਸੂ ਕੀਤਾ ਹੋਇਆ, ਇਤਨੀ ਫ੍ਰੈਂਕਨੈਸ ਮੈਨੂੰ ਪਸੰਦ ਕੋਈ ਨਹੀਂ ਹੈ। ਆਈ ਡੋਨਟ ਲਾਈਕ ਯੂ। ਓਕੇ, ਵਾਟ ਡੂ ਯੂ ਮੀਨ ਬਾਈ ਓਕੇ? ਯੈਸ, ਮਾਈ ਸਟੇਟਸ ਲਤੀਫ ਖੁਸਰਾ। ਉਹ ਨੱਚਦਾ ਸੋਹਣਾ ਹੁੰਦਾ। ਆਪਣਾ ਕਾਰਡ ਰੀਚਾਰਜ ਕਰਨੇ ਕੇ ਲਿਏ ਸਾਈਨ ਦਬਾਏ। ਮਜ਼ੀਦ ਮਾਲੂਮਾਤ ਕੇ ਲਿਏ ਕੋ ਵੀ ਇਸਤੇਮਾਲ ਕਰੇ, ਔਰ ਸਿਸਟਮ ਸੇ ਖਰਾਜ ਕੇ ਲਿਏ ਸੂਫੀ ਸਰ ਰਜੂ ਕਰੇ। ਸੂਫੀ ਸਰ, ਇੱਕ ਮਿੰਟ, ਕੀ ਹੋਇਆ? ਇੱਕ ਮਿੰਟ ਠਹਿਰ ਜਾ। ਮੁਸ਼ਰਫ ਸਾਹਿਬ, ਇਹ ਅਕਬਰ ਫੁੱਕੀ ਦਿੰਦਾ ਜੇ? ਮੈਂ ਕਿਹਾ ਸੂਫੀ ਸਾਹਿਬ, ਆ ਕੀ ਗੱਲ ਹੈ ਜਨਾਬ? ਇਹ ਕੌਣ ਹੈ? ਕੀ ਆਖਿਆ ਜੇ? ਇਹ ਕੌਣ ਹੈ? ਇਹ ਕੁੱਤਾ ਹੈ ਤੇ ਸਸਪੈਂਡ ਹੋ ਗਿਆ। ਅੱਛਾ, ਇਨਸਾਨ ਹੋ ਗਿਆ ਜੀ। ਅੱਛਾ, ਆ ਕੁੱਤੇ ਹੋ ਗਏ ਸੀ, ਪਤਾ ਕੋਈ ਨਹੀਂ ਲੱਗਾ। ਤੁਸੀਂ ਵੀ ਗੱਲ ਦੱਸੋ, ਹਾਂਜੀ, ਇਹ ਕੌਣ ਨੇ? ਇਹ ਨਾਈ ਹੈ। ਨਾਈ? ਆ ਇਹਦੇ ਕੋਲ ਇੱਕ ਬੰਦਾ ਹੋਇਆ, ਕਹਿੰਦਾ ਜੀ ਚੌਲਾਂ ਦੀ ਦੇਗ ਪਕਾਉਣੀ ਹੈ ਤੇ ਦਾਣਾ ਕੱਲਾ ਕੱਲਾ ਹੋਵੇ। ਕਹਿੰਦਾ ਕੋਈ ਨਹੀਂ, ਓਨੀਆਂ ਦੇਗਾਂ ਮੰਗਾ ਲਓ। ਇਹਨੂੰ ਇੱਕ ਬੰਦਾ ਆਉਂਦਾ, ਤੇਰੇ ਖੂਨ ਦਾ ਗਰੁੱਪ ਕੀ ਹੈ? ਦੇਖੋ ਹੱਸ ਕੇ ਆਉਂਦਾ, ਮੁਸਲਿਮ ਲੀਗ। ਲੈ ਮੁਸਲਿਮ ਲੀਗ, ਆਪ ਤਾਰਕ ਸੀ ਸ਼ੋ ਵੇਖਣਗੇ। ਤਾਰਕ ਸੀ ਨੇ ਆਖਿਆ, ਕਿਹੜੀ ਭਲਾ ਹੈ ਜਿਹਦੇ ਮੂੰਹ 'ਚ ਦੰਦ ਕੋਈ ਨਹੀਂ? ਉੱਠ ਕੇ ਆਉਂਦਾ, ਮੇਰਾ ਅੱਬੂ। ਯਾਰ ਕੁੜੀ ਨੂੰ ਵੇਖੋ ਕਿੰਨੀ ਛੋਟੀ ਜੀ। ਸ਼ੁਕਰ ਭਾਈ, ਅਸੀਂ ਵਿਆਹੁੰਦੇ ਹਾਂ, ਤੁਹਾਡੇ ਅੰਗਰ ਨਹੀਂ ਸੁਕਾ ਸੁਕਾ ਕੇ ਰੱਖੀ ਆਉਂਦੇ। ਮੇਰੀ ਅੱਬਾ ਨੂੰ ਪੁੱਛਿਆ, ਮੈਂ ਕਹਿੰਦੀ ਵਿਆਹੁੰਦੇ ਨੀ ਬੱਚੀਆਂ? ਕਹਿੰਦੇ ਆਹ ਸੈੱਟ ਪੂਰਾ ਕਰਨ ਡੇ ਬਗੈਰ ਤਾਂ। ਨਾਲੇ ਇਹਨੂੰ ਨਾ ਸਾਲਾ ਸੂਲਾ ਨਾ ਆਏ, ਕਿਹਾ ਕਰੋ ਇਹਦੇ ਇਹਦੇ ਜੁੱਤੀਆਂ ਦਾ ਸਦਕਾ ਹੀ ਸਾੜੇ ਖਾਣ ਡੇ। ਬੇਸ਼ੱਕ ਜੀ, ਕਿਉਂ ਇਹ ਬੱਬਰ ਛੇੜ ਹੀ ਸਹੀ ਅਸਲੀ। ਇਹ ਨਾ ਨਾ ਇਹਨੇ ਪੈਸੇ ਲੈਂਦਾ, ਸਾਨੂੰ ਕਿਸੇ ਨੇ 35 ਰੁਪਈਆਂ ਚ ਕਾਸਟ ਨਹੀਂ ਸੀ ਕਰਨਾ। ਮੇਰੇ ਬਾਰੇ ਫਰਮਾਨ ਹੈ, ਤਾਦੇ ਦੀ ਬਿਸਤੀ ਕਰੀ ਦੀ ਹੈ। ਕੀ ਬਤਾ? ਕਿ ਆ ਇਮਾਨ ਵਾਲੋ, ਇਸਕੀ ਬਿਸਤੀ ਕਰੋ, ਤੁਹਾਡਾ ਰਿਜ਼ਕ ਬੜਾ ਦੂੰਗਾ। ਯਾਰ ਮੈਂ ਨਹੀਂ ਵਿਆਹ ਕਰਾਉਣਾ, ਮੇਰੀ ਉਮਰ ਹੈ ਵਿਆਹ ਕਰਾਉਣਾ। ਏਡੀ ਛੋਟੀ ਕੁੜੀ ਨੂੰ ਗੱਲ ਕਰੋ, ਗੱਲ ਨਾ ਸੋਹਣੀ ਕਰਨੀ ਐਵੇਂ ਇੱਥੇ ਸਹੀ ਐ ਸੋਹਣੀ ਆ ਹਾਂ ਸੋਹਣੀ ਐ ਸੋਹਣੀ ਹਾਂ ਜੈਨੂ ਆਪਣੀ ਭੈਣਾ ਲੈ ਕੇ ਵਾਲ ਬਾਜੀ ਬਾ ਵੇਖੋ ਸੋਹਣੀ ਜਨਾਨੀ ਯਾਰ ਇਹ ਸੋਹਣੀਆਂ ਮਾਵਾਂ ਤੇ ਸੋਹਣੇ ਬੱਚੇ ਹੁੰਦੇ ਕਸਮ ਸੋਹਣੀਆਂ ਮਾਵਾਂ ਸੋਹਣੇ ਬੱਚੇ ਇਹ ਬਲਾ ਬੱਚੇ ਸੋਹਣੇ ਕਿਉਂ ਹੁੰਦੇ ਨੇ ਇੱਕ ਮਾਵਾਂ ਸੋਹਣੀ ਹੁੰਦੀ ਹੈ ਨਾਲੇ ਬੱਚੇ ਨੂੰ ਡਾਂਟਦੀਆਂ ਇੱਡੇ ਸੋਹਣੇ ਬੱਚੇ ਦਾ ਖੂਨ ਹੀ ਨਹੀਂ ਖੁਸ਼ਕ ਹੁੰਦਾ ਪੜ੍ਹੀਆਂ ਲਿਖੀਆਂ ਮਾਵਾਂ ਆਪਣੇ ਬੱਚੇ ਨੇ ਗਲਤੀ ਕੀਤੀ ਹੈ ਕਿਵੇਂ ਸਮਝਾਉਂਦੀ ਵਿੱਕੀ ਤੂੰ ਬੜੇ ਇਡੀਅਟ ਹੋ ਗਏ ਤੁਮ ਸੈਂਸਿਟਿਵ ਕੇ ਬੜੇ ਤੋਂ ਸਾਥ ਕੈਸੇ ਡਿਸਕਸ਼ਨ ਕਰਤੇ ਹੈ ਆਜ ਤੁਮਾਰੇ ਪਪਾ ਹੈ ਮੈਂ ਤੁਮਾਰੇ ਕਾਨ ਕਿਸ ਕੋ ਯੂ ਕੈਨ ਗੋ ਓਕੇ ਯੈਸ ਮਮਾ ਬੱਚਾ ਵੀ ਹੈਪੀ ਮਾਂ ਵੀ ਹੈਪੀ ਸਾਡੇ ਪਿੰਡ ਦੀਆਂ ਮਾਵਾਂ ਸਿੱਧੀ ਤੂੰ ਮੇਰਾ ਹੈ ਹੀ ਨਹੀਂ ਮਾਂ ਨਾਲ ਨਾ ਗੱਲ ਕਰੋ ਗੱਲ ਦਾ ਬੋਲ ਭਾ ਦੇ ਨਹੀਂ ਕਿਵੇਂ ਬਲਾ ਐ ਵੇਖੀ ਸੋਨੇ ਲਾਈਟ ਬੰਦ ਕਰ ਲੈ ਕਿਆ ਕਰ ਦੋ ਨਾ ਓਏ ਬੰਦੇ ਦਾ ਦਿਲ ਕਰਦਾ ਨਾਲ ਦੇ ਗ੍ਰਿਪ ਵੀ ਖਿੱਚ ਦਵੇ ਇਹਨੇ ਪਰਸੋਂ ਆਪਣੀ ਬੁੱਢੀ ਨੂੰ ਕਿਹਾ
ਕਦੀ ਉਹ ਕਦੀ ਰਹਿਣ ਦੋ ਅੱਜ ਮੈਂ ਵੀ ਵੇਖਣਾ ਹੁੰਦਾ ਕੀ ਹੈ ਆਪਣੇ ਸੋਹਣੀ ਸੋਹਣੀ ਕੁੜੀਆਂ ਦੇ ਔਲਾਦ ਵੀ ਸੋਹਣੀ ਸੋਹਣੀ ਮੇਰੀ ਪੜ੍ਹੀ ਲਿਖੀ ਹੁੰਦੀ ਹੈ ਵੱਡਾ ਛੋਟੇ ਨੂੰ ਕਹਿਣ ਲਿਆਉਂਦਾ ਸਲਮਾਨ ਅੰਦਰ ਮੈਂ ਜਾਣਾ ਅੰਦਰ ਮਾਮਾ ਪਾਪਾ ਮੀਟਿੰਗ ਪੇ ਕਰਦੇ ਨੇ ਆ ਮੇਰਾ ਮੁੰਡਾ ਕੋਠੇ ਚੜ੍ਹ ਗਿਆ ਮੈਂ ਕਿਹਾ ਥੱਲੇ ਆ ਅੱਗੋਂ ਮੈਨੂੰ ਕੀ ਆਉਂਦਾ ਨਹੀਂ ਆਉਂਦਾ ਉਹ ਮੈਂ ਕਿਹਾ ਮੈਂ ਤੇਰਾ ਅੱਬਾ ਇਸ ਗੱਲ ਦਾ ਟਾਸ ਕਰ ਲੈਂਦੇ ਹਾਂ ਆਪਣੇ ਬੁੱਢੀ ਨੂੰ ਚਾਰ ਨਾ ਗਿਆ ਕਹਿੰਦਾ ਭਰੀਏ ਲੋਕੇ ਮੈਂ ਫੈਸਲਾਬਾਦ ਡਰਾਮਾ ਕਰਨ ਚੱਲਾ ਅਗਰ ਰਸਤੇ ਚ ਮੈਨੂੰ ਕੁਛ ਹੋ ਗਿਆ ਇਹਦੀ ਬੁੱਢੀ ਕਹਿੰਦੀ ਐਵੇਂ ਕੁੱਤੇ ਵਾਂਗੂ ਨਾ ਭੌਂਕੀ ਜਾਇਆ ਕਰੋ ਮੈਂ ਗਰੀਬ ਬੰਦਾ ਵਾ 1500-1600 ਜੋੜ ਚੁੱਕਾ ਮੇਰਾ ਕਿਤੇ ਲਵਾ ਦੇ ਦੋ ਕਬਾੜੀ ਮੇਲੇ ਫੇੜ ਕੇ ਕਹਿੰਦਾ ਇੱਥੇ ਵੀ ਮੇਰੀ ਦੁਕਾਨ ਸੀ ਇੱਥੇ ਵੀ ਮੈਂ ਕਦੀ ਕਦੀ ਆ ਹੀ ਜਾਂਦਾ ਸੀ ਇੱਥੇ ਤਾਂ ਮੈਨੂੰ ਜੁੱਤੀਆਂ ਮਾਰ ਕੇ ਕੱਢ ਦੇਣ ਇਸ ਗੱਲ ਖੂਬੀ ਚੰਗਾ ਘਰ ਰੱਖੇ ਨੀ ਸਿੱਧਾ ਦਰਖਤ ਤਰਾਸ਼ ਰੱਖੀ ਮਿਹਰਬਾਨੀ ਕਸਮ ਰੱਬ ਦੀ ਕਿੰਨੇ ਪੈਸੇ 15 ਲੱਖ ਤੇਰੇ ਚ ਗੇਮ ਲੱਗੀ ਜਾਂ ਇਨਕਮਿੰਗ ਫ੍ਰੀ ਹੈ ਬਸ ਕਰਦੇ ਸੀੜੀ ਮੇਰੀ ਪੁੱਫੀ ਕਰਦੀ ਬਸ ਕਰਦੇ ਨੱਚ ਨੱਚ ਕੇ ਪੂਰਾ ਗੁਜਰਾਂ ਵਾਲਾ ਤੇ ਪੁੱਠਾ ਕੱਢ ਦਿੱਤਾ ਜੀ ਤੁਹਾਡਾ ਬੇੜਾ ਤਾਜੇ ਤੁਸੀਂ ਤੇ ਇੰਨਾ ਨੱਚੀਆ ਗੁਜਰਾਲਿਆਂ ਨੂੰ ਇੰਨਾ ਚੱਸ ਪੈ ਗਿਆ ਹੁਣ ਟ੍ਰੇਨ ਦੀ ਟਿਕਟ ਲੈਂਦੇ ਨੇ ਕੁਝ ਦਿਨ ਵਿੱਚ ਕਿੰਨੇ ਗਾਣੇ ਨੇ ਜੀ ਉਹ ਬੰਦਾ ਪੁੱਛੇ ਰਾਜ ਟੀਟੀ ਨੱਚ ਤਾਂ ਜਾਏਗਾ ਯਾਰ ਸਹੀ ਗੱਲ ਹੈ ਡਾਂਸ ਤੇ ਬੜਾ ਆਮ ਹੋ ਗਿਆ ਯਾਰ ਕਿਵੇਂ ਸੱਚੀ ਮੁੱਚੀ ਦੀ ਗੱਲ ਕੁੱਬੀ ਲੱਤ ਨੂੰ ਨਾ ਪੈ ਜਾਈ